ਅੰਕੜਿਆਂ ਦਾ ਪ੍ਰਬੰਧਨ ਪਿਕਟੋਗ੍ਰਾਫ ਦੀ ਵਰਤੋਂ ਨਾਲ ਅੰਕੜਿਆਂ ਨੂੰ ਦਰਸਾਉਣਾ ਇਸ ਸਾਰਣੀ ਵੱਲ ਦੇਖੋ ਇਹ ਇੱਕ ਵਿਸ਼ੇਸ਼ ਕਲਾਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਜੋ ਕਿ ਵੱਖ-ਵੱਖ ਰੁੱਤਾਂ ਨੂੰ ਪਸੰਦ ਕਰਦੇ ਹਨ 12 ਸਰਦੀ ਪਸੰਦ ਕਰਦੇ ਹਨ 5 ਗਰਮੀ ਪਸੰਦ ਕਰਦੇ ਹਨ 10 ਪਤਝੜ ਪਸੰਦ ਕਰਦੇ ਹਨ ਅਤੇ 13 ਵਰਖਾ ਰੁੱਤ ਪਸੰਦ ਕਰਦੇ ਹਨ ਆਓ ਹੁਣ ਇਸ ਡਾਟਾ ਨੂੰ ਇੱਕ ਪਿਕਟੋਗ੍ਰਾਫ ਵਜੋਂ ਪ੍ਰਗਟ ਕਰੀਏ ਆਓ ਦੋ ਵਿਦਿਆਰਥੀਆਂ ਨੂੰ ਇੱਕ ਪੂਰੀ ਤਸਵੀਰ ਨਾਲ ਪੇਸ਼ ਕਰੀਏ ਤਾਂ ਜੋ ਜਦੋਂ ਸਾਨੂੰ ਕੇਵਲ ਇੱਕ ਵਿਦਿਆਰਥੀ ਨੂੰ ਪੇਸ਼ ਕਰਨਾ ਪਵੇ ਤਾਂ ਇਸ ਨੂੰ ਅੱਧੀ ਤਸਵੀਰ ਵਜੋਂ ਪੇਸ਼ ਕੀਤਾ ਜਾਵੇਗਾ ਆਓ ਹੁਣ ਟੇਬਲ ਨੂੰ ਪੂਰਾ ਕਰੀਏ ਸਰਦੀ ਲਈ 12 ਵਿਦਿਆਰਥੀ ਹਨ ਹਰੇਕ ਤਸਵੀਰ ਦੋ ਵਿਦਿਆਰਥੀਆਂ ਨੂੰ ਪ੍ਰਗਟ ਕਰਦੀ ਹੈ ਇਸ ਲਈ ਅਸੀਂ 6 ਅਜਹੀਆਂ ਤਸਵੀਰਾਂ ਤਿਆਰ ਕਰਾਂਗੇ ਹੁਣ ਗਰਮੀ ਲਈ 5 ਵਿਦਿਆਰਥੀ ਹਨ ਜਿਨ੍ਹਾਂ ਲਈ ਸਾਨੂੰ ਦੋ ਪੂਰੀਆਂ ਅਤੇ ਇੱਕ ਅੱਧੀ ਤਸਵੀਰ ਦੀ ਲੋੜ ਹੈ ਦੋ ਤਸਵੀਰਾਂ ਦੋ ਵਿਦਿਆਰਥੀ ਹਰੇਕ ਅਤੇ ਅੱਧੀ ਤਸਵੀਰ ਇੱਕ ਵਿਦਿਆਰਥੀ ਨੂੰ ਪ੍ਰਗਟ ਕਰਦੀ ਹੈ ਇਸੇ ਤਰ੍ਹਾਂ ਅਸੀਂ ਪਤਝੜ ਲਈ 10 ਵਿਦਿਆਰਥੀਆਂ ਨੂੰ ਪ੍ਰਗਟ ਕਰਨ ਲਈ ਪੰਜ ਤਸਵੀਰਾਂ ਤਿਆਰ ਕਰਾਂਗੇ ਅਤੇ ਵਰਖਾ ਰੁੱਤ ਲਈ 13 ਵਿਦਿਆਰਥੀ ਹਨ ਇਸ ਲਈ ਅਸੀਂ 6 ਪੂਰੀਆਂ ਅਤੇ ਇੱਕ ਅੱਧੀ ਤਸਵੀਰ ਤਿਆਰ ਕਰਾਂਗੇ